ਆਬਾਬਕਾਲਾ ਸਾਹਿਬ ਦੇ ਨੇੜੇ 슈ਗਰ ਮਿਲ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਕਈ ਵਾਰ ਇਸ ਬਾਰੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਮੁੜ ਮੰਗ ਕੀਤੀ ਹੈ ਕਿ ਇਸਪਾਸੇ ਕਾਰਵਾਈ ਕੀਤੀ ਜਾਏ। ਜੀ ਹਵਾ ਨੂੰ ਪ੍ਰਦੂਪ ਜਿਹੜਾ ਪੋਲਿਊਟ ਕੀਤਾ ਗਿਆ ਸਾਡੇ ਪਾਣੀ ਨੂੰ ਪੋਲਿਊਟ ਕੀਤਾ ਗਿਆ। ਸਾਡੇ ਘਰਾਂ ਦੇ ਨੇੜੇ ਵੱਡੇ ਵੱਡੇ ਗੰਦਗੀ ਦੇ ਢੇਰ ਜਿਹੜਾ ਉਹ ਲਾ ਦਿੱਤੇ ਗਏ। ਸਾਡਾ ਇਥੋਂ ਤੱਕ ਵੀ ਸਾਡਾ ਘਰਾਂ ਤੱਕ ਲੰਘਣਾ ਜਿਹੜਾ ਵਾ ਜਿਵੇਂ ਇੱਥੇ ਬੁੱਟਰ ਅੱਡੇ ਤੋਂ ਲੈ ਕੇ ਪਿੰਡ ਬੁੱਟਰ ਸਵਿਆ ਤੱਕ ਜਾਂ ਅਗਲੇ ਬੰਨੇ ਧਿਆਲਗੜ ਛੋਟਾ ਬੁੱਟਰ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਤੱਕ ਜਾਣਾ ਜਿਹੜਾ ਵਾ ਉਹ ਬਹੁਤ ਐਸ ਵੇਲੇ ਔਖਾ ਹੋਇਆ ਪਿਆ ਤੇ ਇਹਦੇ ਸਬੰਧੀ ਅਸੀਂ ਮੰਨ ਲਓ ਪੀ ਜਿਹੜਾ ਵਾ ਸਬੰਧਤ ਜੜੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਉਹਦੇ ਤੱਕ ਆਪਣੀ ਪਹੁੰਚ ਕੀਤੀ ਪਰ ਸਾਨੂੰ ਉਹਨਾਂ ਕੋਲੋਂ ਕੋਈ ਇਨਸਾਫ ਨਹੀਂ ਮਿਲਿਆ